स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड रमाणा अलवेल सिंह, यह फरीदकोट जिले का पिंड है। तो कोटकपुरे तो जो जैतो नूं जाना होवे तो नैशनल हाईवे तो अद्धा किलोमीटर सैड नूं यह पिंड रह जांदा। इस घर च दोस्तों वीर दा वपार दा काम, पशु रूटीन च आउंदे आ, गावां ज़्यादा तो मरज जिहड़ी उह घट आउंदी आ पर आउंदी जरूर आ। तीन नाग है दोस्तों विक्री वाले जिदे च एक गां चंगे दुध वाली चंगा दुध दे थले तैयार है तो बच्चा इहदे नाल वछी है। एक गां गब्बण विचाले तुसीं देख रहे हो, डब्बी गां चंगे थान हवाने दी है। एक मझ आ बिल्कुल तैयारियां दे विच सूण दे। इन्हां बारे आपां डिटेल वीर तों पुछांगे, वीडियो नूं एंड तक देखियो। जिहनूं जिहड़ा पशु चंगा लगे आके आपदी तसल्ली करके खरीद लिओ, नंबर बाई दा मैं स्क्रीन ते चला दूंगा। आओ वीर नाल गलबात करते। ਸਤਿ ਸ੍ਰੀ ਅਕਾਲ ਬਾਈ ਨਾਮ ਦੱਸੀ ਜੀ ਰਾਜਾ ਜਗਮੀਤ ਸਿੰਘ ਹੈ ਜੀ ਠੀਕ ਹੈ ਜਗਮੀਤ ਬਾਈ ਜਿਹੜੀ ਮੱਝ ਅੱਜ ਆਪਾਂ ਵੇਚਣੀ ਹੈ ਕਿੰਨਵਾਂ ਸੂਆ ਸੁਣਦੀ ਹੈ ਤੇ ਤੀਜਾ ਸੂਆ ਸੁਣਦੀ ਹੈ ਤਿਆਰੀ ਹੈ ਇੱਕ ਦੋ ਦਿਨ ਹੋ ਸਕਦਾ ਇਹ ਲੈ ਜੇ ਕਿਉਂਕਿ ਪੁੜੇ
85,000 ਇਹਦਾ ਮੁੱਲ ਵੀਰ ਨੇ ਕੀਤਾ। ਹਵਾਨਾ ਵੱਡਾ, ਥਾਣ ਵੀ ਸੋਹਣੇ ਆ, ਸਟਰਕਚਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਪੁੜੇ ਇਹਦੇ ਨਵਾਏ ਵੇ ਆ ਬਿਲਕੁਲ, ਬਾ ਕਮਾਲ ਆ ਬਈ। 85,000 ਇਹਦਾ ਮੁੱਲ ਜਿਹੜਾ ਦੱਸੋ ਵੀਰ ਨੇ ਰੱਖਿਆ। ਤੀਜੇ ਸੂਏ ਸੂਣ ਵਾਸਤੇ ਬਿਲਕੁਲ ਤਿਆਰੀ ਦੇ ਵਿੱਚ ਮੱਝ ਤੁਸੀਂ ਦੇਖ ਰਹੇ ਹੋ। ਪਸੰਦ ਜਿਹਨੂੰ ਹੋਵੇ ਕਾਲ ਬਾਈ ਨੂੰ ਕਰ ਲਿਓ, ਨੰਬਰ ਸਕਰੀਨ 'ਤੇ ਹੈ। ਤਸੱਲੀ ਹਰੇਕ ਪੱਖ ਤੋਂ ਉਹ ਤੁਸੀਂ ਕਰਨੀ ਹੈ, ਆ ਕੇ ਪਸ਼ੂ ਨੂੰ ਸਾਹਮਣੋਂ ਦੇਖ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ। ਨੰਬਰ ਮੈਂ ਬਾਈ ਦਾ ਜਿਹੜਾ ਉਹ ਸਕਰੀਨ ਉੱਤੇ ਚਲਾ ਦੇਣਾ। ਸਿੰਘ ਦੇਖਦੇ ਹਾਂ ਤਾਂ ਦੱਸੋ ਤੁਹਾਨੂੰ ਕੁੰਡੇ ਸਿੰਘ ਦਿਸਣਗੇ, ਥਾਂਡਾ ਸਹਿਜ ਦੇਖਦੇ ਹਾਂ ਤਾਂ ਉਹ ਵੀ ਚੰਗਾ। ਹਜੇ ਧਾਰਾਂ ਜਿਹੜੀਆਂ ਉਹ ਬਹੁਤੀਆਂ ਨਹੀਂ ਪਾਈਆਂ, ਪਰ ਹੁਣ ਕਿਉਂਕਿ ਸੂਣ ਦੀ ਤਿਆਰੀ ਲੱਗਦੀ ਹੈ, ਪੁੜੇ ਦੇਖੋ ਪੂਰੇ ਨਿਵੇਂ ਵੇ ਆ, ਤਾਂ ਇਹ ਛੇਤੀ ਜਿਹੜਾ ਉਹ ਇਹਨੇ ਸੂ ਪੈਣਾ। ਸੋ ਜਿਹਨੂੰ ਪਸੰਦ ਹੋਵੇ ਕਾਲ ਕਰ ਸਕਦੇ ਹੋ। ਇੱਕ ਗਾਂ ਬਾਈ ਕੋਲ ਇਹਦੇ ਬਾਰੇ ਵੀ ਜਾਣਕਾਰੀ ਲੈਂਦੇ ਹਾਂ। ਜਗਮੀਤ ਬਾਈ ਜਿਹੜੀ 2 ਨੰਬਰ 'ਤੇ ਇਹ ਗਾਂ ਦਿਖਾ ਰਹੇ ਹਾਂ ਆਪਾਂ, ਇਹ ਸੂਆ ਕਿੰਨਾ ਹੈ? ਇਹ ਦੂਜਾ ਸੂਆ ਜੀ। ਕਿੰਨੇ ਕੁ ਦਿਨ ਲਊਗੀ ਇਹ? ਬਸ ਜੀ 4-5 ਦਿਨ ਹੀ ਕੱਢਦੀ। 4-5 ਦਿਨ ਕੱਢੂਗੀ। ਪਹਿਲਣ ਦਾ ਦੁੱਧ ਕਿੰਨਾ ਦੱਸਿਆ? ਪਹਿਲਣ ਦਾ 25-26 ਲੀਟਰ ਖੁੱਲ੍ਹਾ ਦੁੱਧ ਕੱਢਿਆ ਜੀ। ਠੀਕ ਹੈ, ਰੇਟ ਇਹਦਾ ਕੀ ਰੱਖਿਆ? 75,000 ਰੁਪਏ। ਧੋਰੀਏ ਨੂੰ ਦੱਸੋ 75,000 ਡਿਮਾਂਡ ਹੈ। 24-25 ਕਿਲੋ ਦੁੱਧ ਪਲੂਣ ਵੱਛੀ ਨੇ ਬਾਈ ਦੱਸਦਾ ਪਾਇਆ। ਦੂਜਾ ਸੂਆ ਐਤਕੀ ਸੂਣ ਲੱਗੀ ਹੈ। ਹਵਾਨਾ ਧੁੰਨੀ ਕੋਲੋਂ ਸ਼ੁਰੂ ਹੁੰਦਾ, ਬਹੁਤ ਵੱਡਾ ਹਵਾਨਾ, ਪਿਛਾਂਹ ਨੂੰ ਵੀ ਫੁੱਲ ਆਉਂਦਾ। ਹਜੇ 4-5 ਦਿਨ ਗਾਂ ਇਹ ਲੈਂਦੀ ਹੈ। ਬੰਬ ਮੋੜ ਲਿਆ ਬਾਈ ਪੁੜੇ, ਹਾਲਾਂਕਿ ਇਹ ਵੀ ਨਵਾਈ ਬੈਠੀ ਆ, ਪਰ ਇਹਦੇ ਹਵਾਨੇ ਦੀ ਤਿਆਰੀ ਹੁਣ ਵੀ ਬਹੁਤ ਚੰਗੀ ਹੈ, ਪਰ ਦਿਨ ਹਜੇ ਇਹ ਲਊਗੀ। ਤੁਸੀਂ ਹਵਾਨਾ ਦੇਖੋ ਅੱਗੇ ਨੂੰ ਵੀ ਚੰਗਾ। 75,000 ਇਹਦੀ ਡਿਮਾਂਡ ਹੈ ਜਿਹੜੀ ਰੇਟ ਵੀਰ ਨੇ ਰੱਖਿਆ। ਤੁਸੀਂ ਸਟਰਕਚਰ ਇਹਦਾ ਦੇਖ ਸਕਦੇ ਹੋ, ਥਣ ਹਵਾਨਾ ਜਿਹੜਾ ਉਹ ਵੀ ਜੇ ਦੇਖੀਏ ਤਾਂ ਪਿਛਾਂਹ ਨੂੰ ਵੀ ਦਿਖਾਉਂਦੀ ਹੈ। ਇੱਥੋਂ ਤੁਸੀਂ ਲੱਤਾਂ ਦੇ ਬੈਕ ਸਾਈਡ 'ਤੇ ਦੇਖੋ, ਅਗਲੇ ਥਣ ਤੋਂ ਅੱਗੇ ਨੂੰ ਵੀ ਹਵਾਨਾ ਚੰਗਾ, ਧੁੰਨੀ ਕੋਲੋਂ ਬਿਲਕੁਲ ਸਟਾਰਟਿੰਗ ਹੈ। ਜਿਹੜੇ ਵੀਰ ਨੂੰ ਪਸੰਦ ਆਵੇ ਕਾਲ ਕਰ ਸਕਦੇ ਹੋ। 75,000 ਰੇਟ, ਮਾਨਤਾ ਇਹਦੇ 'ਚੋਂ ਥੋੜ੍ਹਾ ਬਹੁਤਾ ਜ਼ਰੂਰ ਤੁਹਾਡਾ ਹੋ ਜੂਗਾ। ਅੱਗੇ ਇੱਕ ਗਾਂ ਦੱਸੋ ਤਾਜ਼ੀ ਸੂਈ ਵੀ, ਇਹਦੇ ਬਾਰੇ ਵੀ ਜਾਣਕਾਰੀ ਬਾਈ ਤੋਂ ਲੈਂਦੇ ਹਾਂ। ਜਗਮੀਤ ਜਿਹੜੀ ਹੈ ਤਾਜ਼ੀ ਸੂਈ ਵੀ ਗਾਂ, ਕਿੰਨੇ ਦਿਨ ਹੋ ਗਏ ਇਹਨੂੰ ਅੱਜ ਸੂਈ ਨੂੰ? 10 ਦਿਨ ਹੋ ਗਏ ਜੀ। 10 ਦਿਨ ਹੋ ਗਏ, ਦੁੱਧ ਕਿੰਨਾ ਤਿਆਰ ਆ? ਦੁੱਧ ਦੇ ਥੱਲੇ ਹੈਗਾ ਤਾਂ 20 ਆ, ਆਪਾਂ 18 ਲੀਟਰ ਬਣ ਕੇ ਦੇਵਾਂਗੇ। 18 ਲੀਟਰ ਮਿਣਤੀ ਵਾਲਾ ਕਰ ਦਿਆਂਗੇ ਆਪਾਂ। ਇਹਦਾ ਰੇਟ ਕੀ ਰੱਖਿਆ? ਇਹਦਾ ਜੀ 65,000 ਰੁਪਏ ਮੁੱਲ ਹੈ। 65,000 ਬੱਚਾ ਬੱਚੀ ਇਹਦੇ ਨਾਲ? ਠੀਕ ਹੈ, ਦੱਸੋ ਸੁਬਾਹ ਹੀ ਵੀਡੀਓ ਬਣਾ ਰਿਹਾ, ਟਾਈਮ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। 6:00 ਦੀ ਚੋਈ ਹੈ, 6:30 ਬਾਈ 10 ਦਾ ਚੋਈ ਹੈ, ਅਤੇ 11:04 ਤੁਸੀਂ ਸਕਰੀਨ ਉੱਤੇ ਦੇਖੇ ਸੀਗੇ। ਸੋ 11:04 ਦੋਸਤੋ, ਅਤੇ ਹਜੇ ਟਾਈਮ ਸੁਬਾਹ ਦਾ ਹੀ ਹੈ, ਤੋਰਦੇ ਬਾਈ ਇਹਨੂੰ ਵੀ। ਮੁੱਲ 65,000 ਸੂਆ ਜਗਮੀਤ ਦਾ ਕਹਿੰਦਾ ਮੈਂ? ਦੂਜਾ ਸੂਆ, 18 ਲੀਟਰ ਮਿਣਤੀ ਵਾਲਾ ਦੁੱਧ, ਵੈਸੇ 20 ਲੀਟਰ ਹੀ ਆ ਮਿਣਤੀ ਜੇ ਕਰੋਗੇ ਤਾਂ, ਪਰ ਜੇ ਤੁਸੀਂ ਕਿਉਂਕਿ ਕਈ ਵਾਰ ਪਸ਼ੂ ਮੌਕੇ 'ਤੇ ਕੁਛ ਦੁੱਧ ਦਾ ਫਰਕ ਪਾ ਜਾਂਦਾ ਹੁੰਦਾ ਕਈ ਵਾਰ ਜਦੋਂ ਚੋਣ ਲੱਗੀਏ, ਤਾਂ ਉਹਦੇ ਕਰਕੇ 18 ਲੀਟਰ ਤੁਹਾਨੂੰ ਦੱਸਿਆ ਮਿਣਤੀ ਵਾਲਾ ਦੁੱਧ ਹੈ। ਥਣ ਸੋਹਣੇ ਆ, ਬਹੁਤ ਸੋਹਣਾ ਥਣ ਦਾ ਸਹਿਜ ਆ, ਤੁਹਾਨੂੰ ਦਿਖਾਊਂਗਾ ਨੇੜੇ ਤੋਂ। ਕੱਦ ਵੀ ਚੰਗਾ, ਵੇਲ ਵੀ ਚੰਗੀ ਹੈ, ਉੱਚੇ ਲੰਬੇ ਢਾਂਚੇ ਦੀ ਹੈ, ਹਵਾਨੇ 'ਤੇ ਨਾੜਾਂ ਵੀ ਚੰਗਾ ਦੱਸਦੀਆਂ, ਬਾਕੀ ਮਿਲਕਿੰਗ ਇਹਦੀ ਹੋਈ ਵੀ ਹੈ। ਬੱਚਾ ਇਹਦੇ ਨਾਲ ਵੱਛੀ ਬਹੁਤ ਸੋਹਣੀ ਹੈ, ਚਿੱਟੇ ਰੰਗ 'ਚ,
ਤੁਹਾਨੂੰ ਵੱਛੀ ਨੇੜੇ ਤੋਂ ਵੀ ਦਿਖਾ ਦੂੰਗਾ। ਥਣ ਦਾ ਸਹਿਜ ਇੱਥੋਂ ਦੇਖ ਲਓ ਦੋਸਤੋ, ਚਾਰੇ ਹੀ ਥਣ ਨਿਖੜਵੇ ਆ। ਹਵਾਨਾ ਇਹਦਾ ਚੰਗਾ ਹੈ, ਦੁੱਧ ਵਾਲਾ ਹਵਾਨਾ ਹੈ। ਇਹ ਹਵਾਨੇ ਜਿਹੜੇ ਉਹ ਜਦੋਂ ਚੋਕੇ ਹਟਾਂਗੇ ਤਾਂ ਬਿਲਕੁਲ ਹਵਾਨਾ ਚਾੜੂਗੀ। ਸੋ ਇਹ ਤੁਸੀਂ ਇੱਥੋਂ ਦੇਖ ਲਓ ਦੋਸਤੋ, ਸੋਹਣੇ ਢਾਂਚੇ ਦੀ ਵੈੜ ਅਤੇ ਬੱਚਾ ਇਹਦੇ ਨਾਲ ਵੱਛੀ ਹੈ, ਉਹ ਚੰਗੀ ਹੈ, ਦੇਖ ਸਕਦੇ ਹੋ ਤੁਸੀਂ। ਅਤੇ ਇੱਕ ਇਹ ਗਾਂ ਅਤੇ ਨਾਲ ਇਹਦੇ ਇੱਕ ਮੱਝ। ਸੋ ਕੁੱਲ ਤਿੰਨ ਨਾਲ ਅੱਜ ਵਿਕਰੀ ਵਾਲੇ, ਜਿਹੜਾ ਪਸ਼ੂ ਚੰਗਾ ਲੱਗੇ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਲਿਓ। ਨੰਬਰ 22 ਦਾ ਸਕਰੀਨ ਉੱਤੇ ਲਗਾਤਾਰ ਚੱਲ ਰਿਹਾ ਕੰਟੈਕਟ, ਤੁਸੀਂ ਇਸ ਨੰਬਰ 'ਤੇ ਕਰਨਾ। ਧੰਨਵਾਦ ਵੀਡੀਓ ਦੇਖਣ ਲਈ।